ਜਿੱਥੇ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੀ ਬਿਹਤਰੀ ਲਈ ਵਧੀਆ ਅਧਿਆਪਕਾਂ ਦੀ ਨਿਯੁਕਤੀ ਅਤੇ ਵਧੀਆ ਇਮਾਰਤਾਂ ਦੀ ਉਸਾਰੀ ਕਰਵਾਈ ਜਾ ਰਹੀ ਹੈ, ਉੱਥੇ ਹੀ ਬਟਾਲਾ ਦੇ ਇੱਕ ਸਕੂਲ ਦੀ ਇਮਾਰਤ ਦੀ ਹਾਲਤ ਬੱਤਰ ਤੋਂ ਵੀ ਬੱਤਰ ਹੋ ਚੁੱਕੀ ਹੈ, ਜਿਸ ਵੱਲ ਕਿਸੇ ਦਾ ਵੀ ਧਿਆਨ ਨਹੀਂ ਹੈ। ਤਸਵੀਰਾਂ ਵਿੱਚ ਇਹ ਇਮਾਰਤ ਬਟਾਲਾ ਦੇ ਇੱਕ ਸਰਕਾਰੀ ਸਕੂਲ ਦੀ ਹੈ, ਜੋ ਕਿ ਲਗਭਗ 100 ਸਾਲ ਪੁਰਾਣੀ ਹੈ। ਸਕੂਲ ਦੀਆਂ ਛੱਤਾਂ ਬੇਹੱਦ ਖਸਤਾ ਹਾਲਤ ਵਿੱਚ ਹਨ ਅਤੇ ਜਗ੍ਹਾ ਜਗ੍ਹਾ ਤੇ ਬਾਰਿਸ਼ ਦਾ ਪਾਣੀ ਜਮ੍ਹਾਂ ਹੋਇਆ ਪਿਆ ਹੈ। ਸਕੂਲ ਦੇ ਪ੍ਰਿੰਸੀਪਲ ਅਨਿਲ ਸ਼ਰਮਾ ਜੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਕੂਲ ਦੇ ਲਗਭਗ 32 ਕਮਰਿਆਂ ਵਿੱਚੋਂ 13 ਕਮਰਿਆਂ ਨੂੰ PWD ਵਿਭਾਗ ਵੱਲੋਂ ਅਸੁਰੱਖਿਅਤ ਘੋਸ਼ਿਤ ਕੀਤਾ ਗਿਆ ਹੈ, ਜਿਸ ਦੇ ਬਾਰੇ ਕਈ ਵਾਰ ਸਿੱਖਿਆ ਵਿਭਾਗ ਨੂੰ ਰਿਪੋਰਟ ਦਿੱਤੀ ਗਈ, ਪਰ ਇਸ ਤੇ ਕੋਈ ਵੀ ਕਾਰਵਾਈ ਨਹੀਂ ਹੋਈ। ਨੀਅਰ ਕਨਸਰਵ ਕੇ ਪਾਸ ਹੈ ਇਹ ਸਕੂਲ, ਔਰ ਇਸ ਸਕੂਲ ਮੇਂ ਨੀਅਰ ਅਬਾਊਟ 36 ਸਟਾਫ ਮੈਂਬਰ ਹੈ ਔਰ 740 ਬੱਚੇ ਪੜ੍ਹ ਰਹੇ ਹਨ। ਯਹਾਂ ਪਰ PWD ਡਿਪਾਰਟਮੈਂਟ ਕੀ ਤਰਫ ਸੇ 23 ਕਮਰੇ ਅਨਸੇਫ ਘੋਸ਼ਿਤ ਹੋਏ ਹੋਏ ਹਨ, ਔਰ ਇਹ ਜੋ ਕਮਰੇ ਘੋਸ਼ਿਤ ਹੋਏ ਹੋਏ ਇਹ 13 ਕੋ ਹੋ ਗਏ ਥੇ। ਹਮਾਰੀ ਯਹੀ ਪੁਕਾਰ ਹੈ ਕਿ ਜਲਦੀ ਸੇ ਜਲਦੀ ਇਨ ਕਮਰੋ ਕੋ ਰਿਪੇਅਰ ਕਰਵਾ ਦਿਆ ਜਾਏ, ਤਾਂ ਜੋ ਬੱਚੇ ਕੋਈ ਅਨਸੁਖਾਵੀ ਘਟਨਾ ਨਾ ਵਾਪਰੇ। ਹਮਾਰਾ ਯਹੀ ਕਹਿਣਾ ਹੈ ਕਿ ਜਲਦੀ ਸੇ ਜਲਦੀ ਇਨ ਕਮਰੋ ਕੋ ਰਿਪੇਅਰ ਕਰਵਾ ਦਿਆ ਜਾਏ, ਤਾਂ ਜੋ ਬੱਚੋਂ ਕਾ ਭਵਿਸ਼ਯ ਸੁਰੱਖਿਅਤ ਰਹਿ ਸਕੇ। ਇਸ ਤੋਂ ਇਲਾਵਾ ਇੱਥੇ ਪੜ੍ਹਨ ਵਾਲੇ ਬੱਚੇ ਵੀ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਦੇ ਹਨ। ਸਾਡੇ ਸਕੂਲ ਦੀ ਹਾਲਤ ਬਹੁਤ ਖਰਾਬ ਹੈ, ਇਸ ਦੇ ਹਾਲ ਦੇ ਬਾਲੇ ਵੀ ਟੁੱਟਣ ਵਾਲੇ ਹੋਏ ਨੇ ਅਤੇ ਕਿਸੇ ਵੀ ਟਾਈਮ ਇਸ ਦੀ ਸੰਭਾਵਨਾ ਡਿੱਗਣ ਦੀ, ਅਤੇ ਸਾਨੂੰ ਵੀ ਫੈਸਿਲਿਟੀਆਂ ਦਿੱਤੀਆਂ ਜਾਣ, ਸਾਡੀ ਲਾਇਬ੍ਰੇਰੀ 'ਚ ਫੈਸਿਲਿਟੀਆਂ ਦਿੱਤੀਆਂ ਜਾਣ। ਸਾਨੂੰ ਪੜ੍ਹਨ 'ਚ ਦਿੱਕਤ ਹੁੰਦੀ ਹੈ, ਜਿੱਦਾਂ ਕਿ ਤੁਸੀਂ ਹੁਣ ਵੇਖ ਲਓ ਸਰਕਾਰੀ ਸਕੂਲ ਕੰਨਿਆ ਕੁਮਾਰੀ, ਉੱਥੇ ਕਿਸ ਤਰ੍ਹਾਂ ਵਧੀਆ ਬਣਿਆ ਹੋਇਆ, ਅਤੇ ਸਾਡਾ ਸਕੂਲ ਵੀ ਉਸ ਤਰ੍ਹਾਂ ਦਾ ਬਣਨਾ ਚਾਹੀਦਾ। ਬਸ ਮੇਰੀ ਤੁਹਾਡੇ ਅੱਗੇ ਇਹੀ ਬੇਨਤੀ ਹੈ ਕਿ ਸਾਡਾ ਸਕੂਲ ਵੀ ਅੱਛੇ ਤੋਂ ਅੱਛਾ ਬਣਿਆ ਜਾਏ, ਤਾਂ ਸਾਨੂੰ ਆਉਣ ਵਾਲੇ ਵਿਦਿਆਰਥੀਆਂ ਨੂੰ ਵੀ ਪੜ੍ਹਨ ਦੀ ਦਿੱਕਤ ਨਾ ਆਏ ਕੋਈ ਗੱਲ। ਬਰਸਾਤ ਕਾਫੀ ਪੈਂਦੀ ਹੈ, ਬਰਸਾਤ 'ਚ ਸਾਡਾ ਜੋ ਕਿ ਹੋਲ ਹੈ ਉਸ ਵਿੱਚ ਥੋੜ੍ਹੇ ਛੇਕ ਹੋਏ ਦੇ ਨਾ, ਜਿਸ ਕਾਰਨ ਉਹ ਚਾਹੁੰਦਾ, ਜਿਸ ਕਾਰਨ ਸਾਨੂੰ ਪੜ੍ਹਨ ਦੀ ਦਿੱਕਤ ਹੁੰਦੀ ਹੈ, ਸਾਨੂੰ ਖੁਦ ਪਾਣੀ ਕੱਢਣਾ ਪੈਂਦਾ ਸਕੂਲ ਵਿੱਚੋਂ। ਇਸ ਕਰਕੇ ਮੇਰੀ ਸਰਕਾਰ ਅੱਗੇ ਬੇਨਤੀ ਹੈ ਕਿ ਸਾਡੇ ਸਕੂਲ ਨੂੰ ਵਧੀਆ ਤੋਂ ਵਧੀਆ ਕਰਨ ਦੀ ਕੋਸ਼ਿਸ਼ ਕੀਤੀ ਜਾਵੇ। ਸਾਡੇ ਸਕੂਲ ਦੇ ਬਹੁਤ ਹੀ ਜ਼ਿਆਦਾ ਮਾੜੇ ਹਾਲਾਤ ਹੈ, ਛੱਤਾਂ ਚੋਂਦੀਆਂ ਵਾ, ਕੋਈ ਵੀ ਬੱਚੇ ਨੂੰ ਕਿਸੇ ਵੀ ਤਰ੍ਹਾਂ ਦੀ ਚੋਟ ਆ ਸਕਦੀ ਆ, ਅਤੇ ਉਹਦੀ ਜ਼ਿੰਮੇਵਾਰੀ ਕੌਣ ਲੈ ਕੇ, ਕਿਉਂਕਿ ਛੱਤਾਂ ਤੋਂ ਪਾਣੀ ਨੀਚੇ ਆਉਂਦਾ ਬਹੁਤ ਜ਼ਿਆਦਾ, ਸਾਡੀ ਕੋਪੀਆਂ 'ਤੇ ਵੀ ਪਾਣੀ ਪੈਂਦਾ ਕਈ ਵਾਰ, ਅਤੇ ਬਹੁਤ ਹੀ ਜ਼ਿਆਦਾ ਹਾਲਾਤ ਖਰਾਬ। ਸਰਕਾਰ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਸਾਡੇ ਸਕੂਲ ਦੇ ਹਾਲਾਤ ਸਹੀ ਕਰਾਉਣ ਅਤੇ ਸਾਰੇ ਬੱਚੇ ਚੰਗੀ ਤਰ੍ਹਾਂ ਪੜ੍ਹ ਸਕਣ। ਉੱਧਰ ਜਦੋਂ ਇਸ ਬਾਰੇ ਗੁਰਦਾਸਪੁਰ ਦੇ ਡਿਪਟੀ ਜ਼ਿਲ੍ਹਾ ਸਿੱਖਿਆ ਅਫਸਰ ਰਾਕੇਸ਼ ਗੁਪਤਾ ਨਾਲ ਗੱਲਬਾਤ ਕੀਤੀ ਗਈ, ਤਾਂ ਉਹਨਾਂ ਦਾ ਕਹਿਣਾ ਸੀ ਕਿ ਜਦੋਂ ਵੀ ਕੋਈ ਸਰਕਾਰੀ ਗ੍ਰਾਂਟ ਮਿਲੇਗੀ ਤਾਂ ਸਕੂਲ ਦੀ ਇਮਾਰਤ ਸੁਧਾਰ ਦਿੱਤੀ ਜਾਵੇਗੀ। ਐਸਾ ਹੈ, ਇਸ ਕੇ ਅਕੋਰਡਿੰਗਲੀ ਇਨਹੋਨੇ ਜੋ ਹੈ ਵੋ ਆਪਣੇ UDICE ਮੇਂ ਭਰਾ ਹੋਗਾ। UDICE ਮੇਂ ਹਰ ਸਾਲ ਜੋ ਹੈ ਵੋ ਸਕੂਲ ਮੇਂ ਰਿਪੇਅਰ, ਕੋਈ ਨਏ ਕਮਰੇ ਜਾਂ ਔਰ ਛੱਤੇ ਵਗੈਰਾ ਜੋ ਮਤਲਬ ਰਿਪੇਅਰ ਕਰਵਾਉਣੀ ਹੈ ਉਸਕੇ ਲੀਏ ਗ੍ਰਾਂਟ ਜਾਰੀ ਕੀ ਜਾਤੀ ਹੈ। ਪਹਿਲੇ ਵੀ ਇਸਕੋ ਸਕੂਲ ਕੋ ਜੋ ਹੈ ਵੋ ਰੂਮਸ ਕੇ ਲੀਏ ਗ੍ਰਾਂਟ ਜੋ ਹੈ ਵੋ ਜਾਰੀ ਕੀ ਗਈ ਹੈ, ਵੋ ਸ਼ਾਇਦ ਕੁਛ ਕਾਰਨੋਂ ਕੇ ਲੀਏ ਪਤਾ ਨਹੀਂ ਪ੍ਰਿੰਸੀਪਲ ਸਾਹਿਬ ਸੇ ਡਿਸਕਸ ਹੁਆ ਹੈ, ਵੋ ਨਹੀਂ ਖਰਚ ਹੋ ਪਾਈ, ਵਾਪਿਸ ਹੋ ਗਈ ਹੈ। ਅਬ ਉਸਕਾ ਹਮ ਮਤਲਬ ਵੀ ਦੇਖਤੇ ਹੈ, ਔਰ ਇਸਕੇ ਜੋ ਵੀ ਇਨਕੀ ਰਿਕੁਆਇਰਮੈਂਟ ਹੈ ਯੇ UDICE ਮੇਂ ਭਰੇਂਗੇ, ਔਰ ਗਵਰਨਮੈਂਟ ਕੀ ਜੋ ਵੀ ਇੰਸਟਰਕਸ਼ਨਸ ਹੈ ਜੋ ਪਾਲਿਸੀ ਹੈ ਉਸਕੇ ਅਕੋਰਡਿੰਗਲੀ ਇਨਕੋ ਦੁਬਾਰਾ ਜੋ ਹੈ ਵੋ ਜਾਰੀ ਕਰ ਦੇਂਗੇ, ਕਿਉਂਕਿ UDICE ਕਾ ਸਾਰਾ ਪਲਾਨ ਜੋ ਹੈ ਵੋ ਮਤਲਬ ਪੰਜਾਬ ਗਵਰਨਮੈਂਟ ਲੈਵਲ ਪੇ ਤਿਆਰ ਹੋਤਾ ਹੈ, ਔਰ ਗਵਰਨਮੈਂਟ ਲੈਵਲ ਪੇ ਇਨਕੋ ਜੋ ਹੈ ਵੋ ਗ੍ਰਾਂਟ ਉਸਕੇ ਲੀਏ ਜਾਰੀ ਕਰ ਦੀ ਜਾਏਗੀ। ਫੰਡ ਵੀ ਇਨਕਾ ਜੋ ਹੈ ਵੋ ਪੂਰਾ ਮਤਲਬ ਕਿ ਸਾਥ ਦੇਂਗੇ, ਔਰ ਗਵਰਨਮੈਂਟ ਕੀ ਤਰਫ ਸੇ ਜੋ ਵੀ ਮਤਲਬ ਗ੍ਰਾਂਟ ਆਏਗੀ ਵੋ ਕੋਸ਼ਿਸ਼ ਕਰੇਂਗੇ ਜਲਦੀ ਸੇ ਜਲਦੀ ਇਨਕੋ ਦਿਲਵਾ ਕੇ, ਬਾਕੀ ਇਹ ਵਾਲਾ ਜੋ ਕੰਮ ਹੈ ਇਨਕਾ ਉਸਕੀ ਹਾਲਤ ਜੋ ਹੈ ਵੋ ਸੁਧਾਰ ਦੀ ਜਾਏਗਾ। ਥੈਂਕ ਯੂ।
ਫਿਲਹਾਲ 100 ਸਾਲ ਪੁਰਾਣੀ ਇਸ ਇਮਾਰਤ ਦੀ ਹਾਲਤ ਕਦੋਂ ਸੁਧਰੇਗੀ ਇਹ ਆਉਣ ਵਾਲੇ ਦਿਨ ਹੀ ਦੱਸਣਗੇ। ਗੁਰਦਾਸਪੁਰ ਤੋਂ ਰਸ਼ਪਾਲ ਸਿੰਘ, ਖਬਰ ਹਰਪਲ ਇੰਡੀਆ ਲਈ। ਅਗਰ ਤੁਸੀਂ ਵੀ ਜੁੜਨਾ ਚਾਹੁੰਦੇ ਹੋ ਖਬਰ ਹਰਪਲ ਇੰਡੀਆ ਦੇ ਨਾਲ ਤਾਂ ਸਾਨੂੰ ਲੋੜ ਹੈ ਅੰਮ੍ਰਿਤਸਰ, ਤਰਨਤਾਰਨ ਅਤੇ ਗੁਰਦਾਸਪੁਰ ਜ਼ਿਲ੍ਹੇ ਤੋਂ ਮਿਹਨਤੀ ਪੱਤਰਕਾਰਾਂ ਦੀ, ਜੋ ਅਦਾਰੇ ਨੂੰ ਖਬਰ ਦੇ ਨਾਲ ਨਾਲ ਇਸ਼ਤਿਹਾਰ ਵੀ ਦੇ ਸਕਦੇ ਹੋਣ। ਸੋ ਦੇਰ ਨਾ ਕਰੋ ਤੇ ਹੁਣੇ ਸੰਪਰਕ ਕਰੋ 9988645443 ਤੇ, ਜਾਂ ਤੁਸੀਂ ਸਾਡੀ ਈਮੇਲ ਤੇ ਆਪਣਾ ਬਾਇਓਡਾਟਾ ਵੀ ਭੇਜ ਸਕਦੇ ਹੋ। ਸਾਡੀ ਈਮੇਲ ਆਈਡੀ ਹੈ feedback@khabarharpalindia.com।